ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਨਵੀਂ ਵੀਡੀਓ ਦੇ ਵਿੱਚ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅੱਜ ਆਪਾਂ ਜਿਸ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ, ਇਸ ਸਥਾਨ ਦੀ ਦੂਰੀ ਖੰਨਾ ਸ਼ਹਿਰ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੀ ਆ ਜੀ। ਜਦੋਂ ਆਪਾਂ ਖੰਨੇ ਸ਼ਹਿਰ ਤੋਂ ਸਮਰਾਲੇ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇੱਕ ਸੂਆ ਪੈਂਦਾ ਆ ਜੀ। ਸੂਏ ਦੇ ਬਿਲਕੁਲ ਨਾਲ ਨਾਲ ਜਾਣਾ ਪੈਂਦਾ ਆ। ਰਸਤੇ ਦੇ ਵਿੱਚ ਤਕਰੀਬਨ 2 ਤੋਂ 3 ਪਿੰਡ ਆਉਂਦੇ ਨੇ ਜੀ। ਉਸ ਤੋਂ ਬਾਅਦ ਆਪਾਂ ਆਸਾਨੀ ਨਾਲ ਸੌਖੇ ਤਰੀਕੇ ਨਾਲ ਜੀ ਇਸ ਸਥਾਨ ਉੱਤੇ ਪਹੁੰਚ ਜਾਂਦੇ ਹਾਂ ਜੀ। ਪੈਟਰੋਲ ਪੰਪ ਪਿੱਛੇ ਲੰਘ ਕੇ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਜੀ। ਉਸ ਤੋਂ ਬਾਅਦ ਜੀ ਪਿੰਡ ਮਾਨੋਪੁਰ ਦਾ ਬੋਰਡ ਆਉਂਦਾ ਆ ਰੋਡ ਦੇ ਉੱਤੇ ਲੱਗਿਆ ਹੋਇਆ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਇਸ ਤੋਂ ਆਪਾਂ ਸੱਜੇ ਪਾਸੇ ਵੱਲ ਨੂੰ ਜੀ ਮੁੜ ਜਾਣਾ ਆ। ਸ਼ੀਤਲਾ ਮਾਤਾ ਜੀ ਦਾ ਮੰਦਰ ਪਿੰਡ ਮਾਨੋਪੁਰ ਦੇ ਬਾਹਰ ਬਾਹਰ ਬਣਿਆ ਹੋਇਆ ਜੀ। ਦੂਰੋਂ ਦੂਰੋਂ ਸੰਗਤਾਂ ਜੀ ਇਸ ਸਥਾਨ ਉੱਤੇ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ ਜੀ। ਅੱਜ ਆਪਾਂ ਵੀ ਪਹੁੰਚੇ ਹਾਂ ਜੀ ਇਸ ਸਥਾਨ ਦੇ ਉੱਤੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨਾਲ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਂਸਲਾ ਵਧਾਇਆ ਕਰੋ ਜੀ। ਆ ਜਾਓ ਹੁਣ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸ਼ੀਤਲਾ ਮਾਤਾ ਜੀ ਦੇ ਮੰਦਰ ਦੇ ਦਰਸ਼ਨ ਕਰਦੇ ਹਾਂ ਜੀ। ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪਿੰਡ ਮਾਨੋਪੁਰ, ਮਾਤਾ ਸ਼ੀਤਲਾ ਜੀ ਦਾ ਮੰਦਰ ਆ ਜੀ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ। ਅੱਜ ਆਪਾਂ ਇਸ ਮੰਦਰ ਦੇ ਵਿੱਚ ਪਹੁੰਚੇ ਹਾਂ ਜੀ। ਇਸ ਮੰਦਰ ਦੇ ਬਾਹਰ ਜੀ ਇਹ ਦੁਕਾਨ ਆ ਵੀਰ ਦੀ। ਮੰਦਰ ਦੇ ਵਿੱਚ ਚੜ੍ਹਾਉਣ ਲਈ ਜੇਕਰ ਤੁਸੀਂ ਪ੍ਰਸ਼ਾਦ ਲੈਣਾ ਹੋਵੇ, ਧੂਫ ਅਗਰਬੱਤੀ ਜਾਂ ਲੱਡੂ ਲੈਣੇ ਹੋਣ ਤਾਂ ਇਸ ਵੀਰ ਤੋਂ ਲੈ ਸਕਦੇ ਹੋ ਜੀ। ਮੰਦਰ ਦੇ ਬਾਹਰ ਜੀ ਇਸ ਵੀਰ ਦੀ ਸ਼ੌਪ ਆ ਜੀ। ਇਹ ਆ ਜੀ ਮੰਦਰ ਪਿੰਡ ਮਾਨੂਪੁਰ ਤੋਂ ਬਾਹਰਲੇ ਪਾਸੇ ਜੀ ਇਹ ਮੰਦਰ ਬਣਿਆ ਹੋਇਆ ਜੀ। ਇੱਕ ਪਾਸੇ ਤੁਸੀਂ ਆਪਣੇ ਵਹੀਕਲ ਨੂੰ ਪਾਰਕ ਕਰ ਸਕਦੇ ਹੋ, ਕਾਰਾਂ, ਸਕੂਟਰ, ਮੋਟਰਸਾਈਕਲ ਖੜ੍ਹੇ ਕਰ ਸਕਦੇ ਹੋ। ਇਸ ਸਾਈਡ ਜੀ ਇਸ ਸਾਈਡ ਆਪਾਂ ਆਪਣਾ ਸਾਧਨ ਲਾ ਸਕਦੇ ਹਾਂ ਅਤੇ ਇਸ ਦੇ ਨਾਲ ਵੀ ਦੁਕਾਨਾਂ ਬਣੀਆਂ ਹੋਈਆਂ ਨੇ। ਜੇਕਰ ਉੱਥੋਂ ਵੀ ਅਸੀਂ ਆਪਾਂ ਸਮਾਨ ਲੈਣਾ ਹੋਵੇ ਮੰਦਰ ਦੇ ਵਿੱਚ ਚੜ੍ਹਾਉਣ ਵਾਸਤੇ ਤਾਂ ਆਪਾਂ ਲੈ ਸਕਦੇ ਹਾਂ ਜੀ। ਬਹੁਤ ਵੱਡੇ ਏਰੀਏ ਦੇ ਵਿੱਚ ਜੀ ਇਹ ਸਥਾਨ, ਇਹ ਸ਼ੀਤਲਾ ਮਾਤਾ ਜੀ ਦਾ ਮੰਦਰ ਬਣਿਆ ਹੋਇਆ ਆ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਤੁਸੀਂ ਯਕੀਨ ਮੰਨਿਓ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਜੀ ਇਸ ਸਥਾਨ ਦੇ ਉੱਤੇ ਆਉਂਦੀ ਆ ਜੀ। ਜਿਨ੍ਹਾਂ ਲੋਕਾਂ ਨੂੰ ਚਿਕਨ ਪੌਕਸ ਨਾਂ ਦੀ ਪ੍ਰੋਬਲਮ ਹੋ ਜਾਂਦੀ ਆ ਜੀ, ਕਈ ਸ਼ੀਤਲਾ ਮਾਤਾ ਕਹਿੰਦੇ ਨੇ ਮਾਤਾ ਹੋ ਜਾਂਦੀ ਆ, ਤਾਂ ਉਹ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ, ਬੱਚੇ ਆਉਂਦੇ ਨੇ, ਬਜ਼ੁਰਗ ਆਉਂਦੇ ਨੇ, ਤਾਂ ਇਸ ਜਗ੍ਹਾ ਦੇ ਉੱਤੇ ਪਾਣੀ ਕਰਕੇ ਦਿੱਤਾ ਜਾਂਦਾ ਆ ਜੀ। ਹਰੇਕ ਦੀ ਆਪੋ ਆਪਣੀ ਸ਼ਰਧਾ ਆ, ਆਪੋ ਆਪਣੀ ਮਾਨਤਾ ਆ। ਅਸੀਂ ਕਈ ਲੋਕਾਂ ਨਾਲ ਇਸ ਸਥਾਨ ਦੇ ਉੱਤੇ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਜੀ ਵੀ ਸਾਨੂੰ ਕਈ ਵਾਰ ਬੁਖਾਰ ਚੜ੍ਹ ਜਾਂਦਾ ਆ ਤਾਂ ਕਈ ਕਈ ਦਿਨ ਸਾਡਾ ਬੁਖਾਰ ਨਹੀਂ ਉਤਰਦਾ ਆ, ਤਾਂ ਅਸੀਂ ਇਸ ਜਗ੍ਹਾ ਦੇ ਉੱਤੇ ਆਉਂਦੇ ਹਾਂ ਜੀ, ਇਸ ਸ਼ੀਤਲਾ ਮਾਤਾ ਜੀ ਦੇ ਮੰਦਰ ਵਿੱਚ ਆਉਂਦੇ ਹਾਂ ਤਾਂ ਇਸ ਜਗ੍ਹਾ ਤੋਂ ਪਾਣੀ ਲੈ ਕੇ ਜਾਂਦੇ ਹਾਂ। ਅਸੀਂ ਉਹ ਪਾਣੀ ਤਕਰੀਬਨ 2 ਦਿਨ ਪੀਂਦੇ ਹਾਂ ਤਾਂ ਸਾਡਾ ਬੁਖਾਰ ਉਤਰ ਜਾਂਦਾ ਆ, ਅਸੀਂ ਤੰਦਰੁਸਤ ਹੋ ਜਾਂਦੇ ਹਾਂ ਜੀ। ਬਹੁਤ ਜ਼ਿਆਦਾ ਸੰਗਤ ਇਸ ਸਥਾਨ ਦੇ ਉੱਤੇ ਆਉਂਦੀ ਆ ਜੀ, ਨਤਮਸਤਕ ਹੁੰਦੀ ਆ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਚੱਲਦੇ ਹਾਂ ਮਾਤਾ ਸ਼ੀਤਲਾ ਜੀ ਦੇ ਮੰਦਰ ਵੱਲ ਨੂੰ ਜੀ, ਦਰਸ਼ਨ ਕਰਦੇ ਹਾਂ ਮਾਤਾ ਸ਼ੀਤਲਾ ਜੀ ਦੇ ਮੰਦਰ ਦੇ ਅੰਦਰ ਤੋਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ
ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਸਾਡਾ ਹੌਸਲਾ ਵਧਾਇਆ ਕਰੋ ਜੀ। ਆਓ ਜੀ ਹੁਣ ਆਪਾਂ ਮਾਤਾ ਜੀ ਦੇ ਦਰਸ਼ਨ ਕਰੀਏ। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਇਹ ਸੰਗਤ ਇਸ ਅਸਥਾਨ ਉੱਪਰ ਆਪਣੇ ਸਰੀਰਕ ਦੁੱਖ ਦੂਰ ਕਰਨ ਲਈ ਆਉਂਦੀ ਹੈ, ਤਾਂ ਪ੍ਰਸ਼ਾਦ ਵਜੋਂ ਉਹ ਲੱਡੂ ਅਤੇ ਪਾਣੀ ਜ਼ਰੂਰ ਲੈ ਕੇ ਆਉਂਦੇ ਹਨ। ਲੱਡੂ ਅਤੇ ਪਾਣੀ ਨੂੰ ਇਸ ਜਗ੍ਹਾ ਉੱਪਰ ਤਕਰੀਬਨ 15 ਮਿੰਟ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਆਪਾਂ ਬਾਬਾ ਜੀ ਕੋਲ ਸਲਾਹ ਲੈਣ ਲਈ ਚਲੇ ਜਾਂਦੇ ਹਾਂ ਜੀ। ਅਗਰ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਭਾਰਤ ਦੇ ਆਖਰੀ ਸ਼ਿਵ ਮੰਦਿਰ ਦੇ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ 'ਤੇ ਜਾ ਕੇ ਤੁਸੀਂ ਉਸ ਵੀਡੀਓ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਉਹ ਮੰਦਿਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਬਣਿਆ ਹੋਇਆ ਹੈ ਅਤੇ ਇੱਕ ਤਰ੍ਹਾਂ ਉਹ ਭਾਰਤ ਦਾ ਆਖਰੀ ਮੰਦਿਰ ਹੈ। ਤੁਹਾਨੂੰ ਵੀ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ ਉਸ ਮੰਦਿਰ ਦੇ ਜੀ। ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਉੱਪਰ ਆਈ ਬਟਨ 'ਤੇ ਤੁਹਾਨੂੰ ਵੀਡੀਓ ਦਾ ਲਿੰਕ ਮਿਲ ਜਾਏਗਾ, ਤੁਸੀਂ ਉੱਥੋਂ ਜਾ ਕੇ ਵੀ ਵੀਡੀਓ ਦੇਖ ਸਕਦੇ ਹੋ। ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ। ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਆ ਕਰੋ, ਵਧੀਆ ਵਧੀਆ ਕਮੈਂਟ ਕਰਿਆ ਕਰੋ। ਬਣੇ ਰਹੋ ਜੀ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਵੀ ਜੀ ਛੋਟੀ ਉਮਰ ਦੇ ਵਿੱਚ ਇਸ ਬਿਮਾਰੀ ਦੀ ਪ੍ਰੋਬਲਮ ਹੋਈ ਸੀ ਜੀ। ਛੇਵੇਂ ਪਾਤਸ਼ਾਹ ਨੂੰ ਵੀ ਇਸ ਬਿਮਾਰੀ ਨੇ ਘੇਰ ਲਿਆ ਸੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਜੀ ਇਸ ਬਿਮਾਰੀ ਨੂੰ ਲੈ ਕੇ, ਇਸ ਪ੍ਰੋਬਲਮ ਨੂੰ ਲੈ ਕੇ ਜੀ ਪੰਗਤੀਆਂ ਉਚਾਰੀਆਂ ਗਈਆਂ ਨੇ, ਤੁਸੀਂ ਪੜ੍ਹ ਸਕਦੇ ਹੋ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ। ਆਓ ਚੱਲਦੇ ਹਾਂ ਜੀ ਇਸ ਮੰਦਿਰ ਵਿੱਚ ਬਣੇ ਲੰਗਰ ਹਾਲ ਵੱਲ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ। ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸਨੂੰ ਸ਼ੇਅਰ ਕਰਿਆ ਕਰੋ। ਜੇਕਰ ਤੁਸੀਂ ਸਾਡੀ ਪਿਛਲੀ ਵੀਡੀਓਜ਼ ਨਹੀਂ ਦੇਖੀਆਂ ਜੋ ਕਿ ਜੰਮੂ ਕਸ਼ਮੀਰ ਦੀਆਂ ਹਨ, ਤਾਂ ਉਹਨਾਂ ਨੂੰ ਜਾ ਕੇ ਸਾਡੇ ਚੈਨਲ 'ਤੇ ਤੁਸੀਂ ਦੇਖ ਸਕਦੇ ਹੋ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਇਹ ਬਾਬਾ ਜੀ ਇਸ ਅਸਥਾਨ ਦੇ ਮੁੱਖ ਸੇਵਾਦਾਰ ਨੇ ਜੀ, ਜਿਨ੍ਹਾਂ ਲੋਕਾਂ ਨੂੰ ਚਿਕਨ ਪੌਕਸ ਸਰੀਰ ਦੇ ਉੱਤੇ ਹੋ ਜਾਂਦੀ ਆ, ਮਾਤਾ ਸਰੀਰ ਦੇ ਉੱਤੇ ਹੋ ਜਾਂਦੀ ਆ ਜੀ, ਤਾਂ ਉਹ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਨੇ ਜੀ। ਬਾਬਾ ਜੀ ਪ੍ਰਸ਼ਾਦ ਦਿੰਦੇ ਨੇ ਅਤੇ ਇਸ ਰੋਗ ਤੋਂ ਕਿਸ ਤਰ੍ਹਾਂ ਆਪਾਂ ਮੁਕਤੀ ਪਾ ਸਕਦੇ ਹਾਂ, ਬਾਬਾ ਜੀ ਗੱਲਬਾਤ ਕਰਦੇ ਨੇ ਜੀ। ਆਪਾਂ ਸਭ ਨੇ ਜੀ ਮਾਤਾ ਸ਼ੀਤਲਾ ਜੀ ਦੇ ਮੰਦਿਰ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਵਧੀਆ ਵਧੀਆ ਕਮੈਂਟ ਕਰਿਓ। ਮਿਲਾਂਗੇ ਹੁਣ ਆਪਾਂ ਅਗਲੀ ਜਗ੍ਹਾ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।